ਹੈਲੋ ਹਾਂਜੀ ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਪਵਨ ਸਟੱਡ ਫਾਰਮ 'ਤੇ। ਅਤੇ ਅੱਜ ਦਾ ਵਲੋਗ ਲੈ ਕੇ ਆਏ ਹਾਂ ਜੀ, ਆਪਾਂ ਫਾਰਮ 'ਤੇ ਕਟਿੰਗ ਕਰਨੀ ਸੀਗੀ ਘੋੜਿਆਂ ਦੀ ਅਤੇ ਵਛੇਰੇ ਦੀ। ਕਾਫੀ ਉਹਨਾਂ ਦੇ ਵਾਲ ਜੋ ਹੋਏ ਪਏ ਸੀਗੇ, ਅਤੇ ਇੱਕ ਉਹਨਾਂ ਦੀ ਗਰੂਮਿੰਗ ਕੀਤੀ ਹੈ ਅਤੇ ਫਿਰ ਉਹਨਾਂ ਨੂੰ ਨਵਾਇਆ ਜੀ। ਅਤੇ ਇੱਕ ਜਿਹੜੇ ਆਪਣੇ ਧੋਣ ਵਾਲੇ ਹੁੰਦੇ ਆ ਹੇਅਰ, ਉਹ ਕਟਿੰਗ ਕਰੇ। ਅਤੇ ਆ ਜਾਓ ਅੱਗੇ ਤੁਹਾਨੂੰ ਦਿਖਾਉਂਦੇ ਹਾਂ ਆਪਾਂ ਅੱਜ ਦੇ ਦਿਨ ਦਾ ਰੂਟੀਨ। ਦੋਸਤੋ, ਇਹ ਕੱਟਣੇ ਜ਼ਰੂਰੀ ਹੁੰਦੇ ਆ, ਇੰਨਾ ਸੋਹਣੇ ਲੱਗਦੇ, ਕਾਫੀ ਵਧੇ ਪਏ ਸੀਗੇ ਅਤੇ ਮੇਰਾ ਵੀ ਧਿਆਨ ਨਹੀਂ ਸੀਗਾ, ਮੈਂ ਵੀ ਮਹੀਨਾ ਹੀ ਹੋ ਗਿਆ ਇੱਕ ਤਰ੍ਹਾਂ ਦਾ, ਇੰਨਾ ਬੰਨੀ ਆਏ ਨਹੀਂ। ਅਤੇ ਬੰਦੇ ਤੁਹਾਨੂੰ ਪਤਾ ਹੀ ਆਪਣੇ ਜਿਹੜੇ ਲੱਗੇ ਹੁੰਦੇ ਆ, ਉਹ ਇਹੋ ਜਿਹਾ ਕੰਮ ਕਿੱਥੇ ਕਰਦੇ ਆ, ਨਾਲੇ ਉਹ ਡਰਦੇ ਆ, ਨਾ ਹੀ ਉਹਨਾਂ ਤੋਂ ਕਟਵਾਉਣ ਜੀ, ਉਹਦੇ ਵੀ ਕੱਟਣੇ ਚਿੱਟੇ ਦੇਖਦੇ। ਕੇਰਾਂ ਆਪਾਂ ਇਹਨੂੰ ਕੈਂਚੀ ਨਾਲ ਕੱਟਾਂਗੇ, ਉਦੋਂ ਬਾਅਦ ਟ੍ਰਿਮਰ ਨਾਲ ਥੋੜ੍ਹਾ ਜਿਹਾ ਕਲੀਅਰ ਹੋ ਜਾਂਦਾ। ਅਤੇ ਖਰਖਰਾ ਬੁਰਸ਼ ਮੈਂ ਇਹਨਾਂ ਦੇ ਮਾਰ ਖਰਖਰਾ ਮਾਰਤਾ ਸੀਗਾ, ਫਿਰ ਇਹਨਾਂ ਨੂੰ ਨਵਾਵਾਂਗੇ। ਅਤੇ ਖਰਖਰੇ ਵਾਲਾ ਵਲੋਗ ਬਣਾਉਣਾ ਮੈਂ ਭੁੱਲ ਗਿਆ, ਕਿਉਂਕਿ ਮੈਨੂੰ ਐਸੀ ਛੇਤੀ ਛੇਤੀ ਮੈਂ ਇਹਨਾਂ ਦਾ ਕੰਮ ਨਿਬੇੜ ਦਿਆਂ ਖੜੇ। ਇਦੂ ਬਾਅਦ ਇਹਨਾਂ ਨਵਾਵਾਂਗੇ ਵਾਲ ਕਟਿੰਗ ਕਰਨ ਤੋਂ ਬਾਅਦ ਜੀ, ਤਕਰੀਬਨ ਕੈਂਚੀਆਂ ਨਾਲ ਵਾਲ ਸਾਰੇ ਕੱਟੇ ਗਏ ਉਹਨਾਂ। ਅਤੇ ਦੋਸਤੋ, ਆਹ ਟ੍ਰਿਮਰ ਹੈ ਜੀ, ਹੁਣ ਇਹਦੇ ਨਾਲ ਫਿਨਿਸ਼ ਆਊਗੀ ਸਹੀ, ਵਾਲਾਂ ਦੇ ਜਿਹੜੇ ਉੱਚੇ ਨੀਵੇਂ ਵਾਲ ਹੁੰਦੇ ਉਹ ਸਹੀ ਹੋ ਜਾਂਦੇ। ਅਤੇ ਫਿਰ ਖਰਜਾ ਇਹ ਕਾਫੀ ਟਾਈਮ ਤੇ ਕੱਢਦੀ, ਕਿਉਂਕਿ ਨਾ ਅਸੀਂ ਥੋੜ੍ਹੀ ਛੋਟੀ ਲੈ ਲਈਏ, ਥੋੜ੍ਹੀ ਜਿਹੀ ਵੱਡੀ ਹੋਵੇ ਨਾ, ਇੱਕ ਸਪੈਸ਼ਲੀ ਆਉਂਦੀ ਹੈ ਘੋੜਿਆਂ ਦੀ, ਉਹ ਲੈ ਕੇ ਆਵਾਂਗੇ, ਉਹ ਸਹੀ ਕੱਢਦੀ ਹੈ। ਅਤੇ ਚਲੋ ਠੀਕ ਹੈ ਦੋਸਤੋ, ਤੁਹਾਨੂੰ ਫਾਈਨਲ ਲੁੱਕ ਆਪਾਂ ਇਹਨਾਂ ਦੀ ਕਟਿੰਗ ਕਰਕੇ ਫਿਰ ਦਿਖਾਵਾਂਗੇ ਨਵਾ ਧਵਾ ਕੇ। ਆ ਗਏ ਜੀ ਫਾਰਮ 'ਤੇ, ਘੋੜਿਆਂ ਦੇ ਵਾਲ ਕੱਟਤੇ ਸੀ ਅੱਜ, ਅਤੇ ਆਪਾਂ ਨਵਾ ਵੀ ਦਿੱਤੇ। ਨਵਾਉਣ ਦਾ ਵਲੋਗ ਸ਼ੂਟ ਨਹੀਂ ਕੀਤਾ ਮੈਂ, ਚੱਲ ਇਹਦੇ ਬਾਅਦ 'ਚ ਦਿਖਾ ਦਿਆਂਗੇ। ਓਏ ਯਾਰ, ਇਹਨੂੰ ਵੀ ਨਵਾਤਾ, ਇਹਨੂੰ ਵੀ ਨਵਾਤਾ ਜੀ, ਘੋੜੀਆਂ ਰਹਿ ਗਈਆਂ, ਉਹਨਾਂ ਨੂੰ ਫਿਰ ਨਵਾ ਦਾਂਗੇ ਕੱਲ੍ਹ ਨੂੰ। ਓਏ ਕਰ, ਓਏ ਕਰ ਨਾਲੇ ਆਏ, ਦੇਖੋ ਨਾ ਕੇ ਕਿੰਨਾ ਸੋਹਣਾ ਬਣ ਜਾਂਦਾ ਇਹ ਨਾ ਕੇ ਸੋਹਣਾ ਬਣ ਜਾਂਦਾ ਛੜਾ ਗੰਦਾ ਰਿਆਜ਼ ਵੀ ਨਾ ਲਿਆ ਜੀ। ਚਲੋ ਕੱਲ੍ਹ ਨੂੰ ਦੂਜੀਆਂ ਘੋੜੀਆਂ ਨਵਾਵਾਂਗੇ। ਦੋਸਤੋ, ਘੋੜੇ ਨਵਾਉਣ ਤੋਂ ਬਾਅਦ ਮੈਂ ਕਿਹਾ ਚਲੋ ਅੱਜ ਆਪਾਂ ਕਾਰ ਨੂੰ ਵੀ ਧੋ ਹੀ ਦਿੰਦੇ ਹਾਂ, ਕਾਰ ਦੀ ਵੀ ਸਾਫ਼ ਸਫਾਈ ਕਰ ਦਿੰਦੇ ਹਾਂ, ਇੰਜਨ 'ਤੇ ਵੀ ਕਾਫੀ ਰੇਤਾ ਜਿਹਾ ਹੋਇਆ ਪਿਆ ਸੀਗਾ, ਇਹ ਵੀ ਬ੍ਰਸ਼ ਨਾਲ ਸਾਫ਼ ਕੀਤਾ ਅਤੇ ਬਾਅਦ 'ਚ ਇਹਦੇ 'ਤੇ ਗਿੱਲਾ ਕੱਪੜਾ ਮਾਰਤਾ ਸੀਗਾ। ਅਤੇ ਬਹੁਤ ਇਹਨਾਂ ਤੋਂ ਸਾਫ਼ ਕੀਤੇ ਇੰਜਨ, ਆ ਬੁਰਸ਼ ਨਾਲ ਵਧੀਆ ਸਾਫ਼ ਹੋ ਜਾਂਦਾ ਦੋਸਤੋ, ਵਧੀਆ ਤਾਰਾਂ ਤੂਰਾਂ ਪਲੱਗ ਪਲੁੱਗ ਸਾਰਾ ਕੁਛ ਇਹਦੇ ਨਾਲ ਵਧੀਆ ਸਾਫ਼ ਹੋ ਜਾਂਦਾ, ਅਤੇ ਉਸ ਤੋਂ ਬਾਅਦ ਇਹਦੇ 'ਤੇ ਮਾਰ ਦਿਆ ਕਰੋ ਕੱਪੜਾ ਜੀ। ਦੋਸਤੋ ਜੀ ਦੇਖੋ ਚਮਕਦੀ ਆ ਹੁਣ ਅੰਦਰ, ਪਾਲਸ ਵਗੈਰਾ ਆਪਾਂ ਮਾਰਤੀ, ਅਤੇ ਹੁਣ ਆਪਾਂ ਬਾਹਰੋਂ ਧੋਣੇ ਆ ਇਹਨੂੰ, ਅੱਜ ਬਹੁਤ ਟਾਈਮ ਲੱਗ ਗਿਆ ਪਾਲਸ ਮਾਰਨ ਦੇ, ਲਿਸ਼ਕਦੀ ਆ ਹੁਣ ਤਾਂ ਜਮਾ ਅੰਦਰੋਂ, ਚਲੋ ਬਾਹਰੋਂ ਵੀ ਆਪਾਂ ਧੋ ਹੀ ਲਈਏ ਜੀ, ਅਤੇ ਕਰ ਲਈਏ ਸਟਾਰਟ, ਸੀਟ ਕਰੀ ਗਾਂਸ, ਗੇਅਰ ਵਾਇਆ ਬੈਕ, ਹੈਂਡ ਖੋਲ੍ਹੇ, ਕਿਉਂ ਢੂੰ ਢੂੰ ਕਰੀ ਜਾਂਦੀ ਆ ਦਿਖਦਾ। ਚਲੋ ਦੋਸਤੋ ਧੋਣੇ ਆ ਫਿਰ ਆਪਾਂ ਇਹਨੂੰ ਬੈਕ ਕਰ ਲਈਏ।
ਚਲੋ ਠੀਕ ਹੈ ਦੋਸਤੋ, ਮਿਲਦੇ ਹਾਂ ਕੱਲ੍ਹ ਤੁਹਾਨੂੰ ਕਿਸੇ ਹੋਰ ਵਲੋਗ 'ਤੇ। ਕਾਰ ਆਪਾਂ ਧੋ ਦਿੱਤੀ ਜੀ, ਵਾਸ਼ ਕਰਤੀ ਸਾਰੀ ਆਪਾਂ ਕਾਰ, ਅਤੇ ਕੱਲ੍ਹ ਆਪਾਂ ਜਾਣਾ ਥੋੜ੍ਹਾ ਜਿਹਾ ਬਾਹਰ, ਅਤੇ ਉੱਥੇ ਕਰਨੇ ਦੋ ਤਿੰਨ ਸ਼ੂਟ, ਇੱਕ ਘੋੜਿਆਂ ਦੇ ਫਾਰਮ 'ਤੇ ਵੀ ਕੋਈ ਸ਼ੂਟ ਕਰਨੇ ਹੈਗੇ। ਚਲੋ ਠੀਕ ਹੈ ਦੋਸਤੋ, ਧੰਨਵਾਦ, ਮਿਲਦੇ ਨਿਊ ਵਲੋਗ 'ਚ।